ਸਾਲ 1984 ਦੇ ਵਿੱਚ ਹੋਇਆ ਸਾਕਾ ਨੀਲਾ ਤਾਰਾ ਹਰ ਇੱਕ ਪੰਜਾਬੀ ਦੇ ਦਿਲ ਉੱਤੇ ਡੂੰਘਾ ਜ਼ਖਮ ਬਣ ਕੇ ਅੱਜ ਵੀ ਮੌਜੂਦ ਹੈ। ਉਸ ਦੌਰਾਨ ਕਰੀਬ 365 ਸਿੱਖਾਂ ਨੂੰ ਵੱਖ ਵੱਖ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ, ਜਿਹਦੇ ਵਿੱਚੋਂ ਜੋਧਪੁਰ ਜੇਲ੍ਹ ਵੀ ਇੱਕ ਸੀ। ਜੋਧਪੁਰ ਜੇਲ੍ਹ ਵਿੱਚੋਂ ਹਾਲ ਹੀ ਦੇ ਵਿੱਚ 40 ਸਿੱਖ ਕੈਦੀ ਜੋ ਰਿਹਾ ਹੋਏ ਸਨ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ। ਬੰਦੇ ਉਹਨਾਂ ਨੂੰ 1-1 ਲੱਖ ਰੁਪਈਆ ਕੈਪਟਨ ਸਾਹਿਬ ਨੇ ਦਿੱਤਾ। ਉਹ ਜਿਹੜਾ 1-1 ਲੱਖ ਰੁਪਈਆ ਕੈਪਟਨ ਸਾਹਿਬ ਨੇ ਕੰਪਨਸੇਸ਼ਨ ਦਿੱਤਾ ਸਾਨੂੰ, ਅਦਾਲਤ ਵਿੱਚ ਸਾਡਾ ਉਹ ਆਧਾਰ ਬਣਿਆ। ਜੱਜ ਸਾਹਿਬ ਨੂੰ ਫੈਸਲੇ ਲਿਖਣਾ ਪਿਆ ਕਿ ਕੇਂਦਰ ਸਰਕਾਰ ਕੋਲ ਕਰਨਾ ਚਾਹੀਦਾ ਸੀ, ਕਿਉਂਕਿ ਕੋਰਟ ਦਾ ਬੜਾ ਸਪਸ਼ਟ ਫੈਸਲਾ ਥਾ ਕਿ ਆਧੇ ਪੈਸੇ ਕੇਂਦਰ ਸਰਕਾਰ ਦੇਵੇਗੀ ਔਰ ਆਧੇ ਪੰਜਾਬ ਸਰਕਾਰ ਦੇਵੇਗੀ। ਪਰ ਉਸ ਸਾਨੂੰ ਹੈਰਾਨੀ ਹੋਈ ਜਦੋਂ ਕੇਂਦਰ ਸਰਕਾਰ ਨੇ ਫਰੂਟ ਪੱਕਾ ਹੋਇਆ ਤਾਂ ਗਿਰਨੇ ਵਾਲਾ ਤਾਂ ਉਸ ਦਿਨ ਅਪੀਲ ਦਾਇਰ ਕਰਦੀ ਹਾਈ ਕੋਰਟ ਵਿੱਚ, ਤਾਂ ਸਾਵੇਂ ਬਹੁਤ ਸਾਰੇ ਸਿੱਖੋ ਕੋ ਹੈਰਾਨੀ ਹੋਈ ਕਿ ਜੇ ਤਾਂ ਫੈਸਲਾ ਹੀ ਉਲਟ ਹੋ ਗਿਆ ਕਿ ਆਪ ਤੋਂ ਹਮਾਰਾ ਫਰੂਟ ਪੱਕਾ ਹੈ ਤਾਂ ਇਹ ਗਿਰਨੇ ਵੀ ਨਹੀਂ ਦੇ ਰਹੇ। ਇਸ ਲਈ ਹਮੇਂ ਦੁੱਖ ਲੱਗਾ। ਅਸੀਂ ਸਾਰਿਆਂ ਨੇ ਬੇਨਤੀ ਕੀਤੀ ਆ ਕੇ ਕੈਪਟਨ ਸਾਹਿਬ ਨੂੰ ਕਿ ਸਾਡੇ ਜਿਹੜਾ ਕੰਪਨਸੇਸ਼ਨ ਹੈ ਬਣਦਾ, ਜਿਹੜਾ ਇਹਨਾਂ ਲੋਕਾਂ ਨੇ 40 ਸਿੱਖਾਂ ਦਾ ਸਿਰਫ ਬਣਿਆ, ਬਣਨਾ 365 ਦਾ ਚਾਹੀਦਾ ਸੀ। ਅਸੀਂ ਕੋਰਟ ਦੀ ਲੰਬੀ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ 28 ਸਾਲ ਬਾਅਦ ਨਿਕਲ ਕੇ ਆਏ ਹਾਂ, ਸਾਨੂੰ ਇਹ ਕੰਪਨਸੇਸ਼ਨ ਦਿੱਤਾ ਜਾਵੇ। ਜਦੋਂ ਕੈਪਟਨ ਸਾਹਿਬ ਪੂਰਾ ਦੇਣ ਲੱਗੇ ਫਿਰ ਹੋਮ ਮਿਨਿਸਟਰ ਨੇ ਇਹਨਾਂ ਨੂੰ ਫੋਨ ਕਰਤਾ ਕਿ ਅਸੀਂ ਅੱਧਾ ਜਿਹੜਾ ਅਸੀਂ ਦੇਵਾਂਗੇ, ਚਲੋ ਦੇਖਦੇ ਹਾਂ ਉਹਨਾਂ ਦਾ ਫਰੂਟ ਕਿੱਦਾਂ ਹੁੰਦਾ। ਭਰੋਸਾ ਉਹਨਾਂ ਨੇ ਦਿੱਤਾ, ਦੇਖਾਂਗੇ ਕਿ ਉਹ ਅੱਗੇ ਕੀ ਕਰਦੇ। ਮੁਆਵਜ਼ੇ ਦੀ ਇੱਕ ਵੱਡੀ ਜੰਗ, ਇੱਕ ਵੱਡੀ ਲੜਾਈ ਲੜੀ ਹਰਮਿੰਦਰ ਸਿੰਘ ਗਿੱਲ ਨੇ, ਜੋ ਕਿ ਪੱਟੀ ਤੋਂ ਵਿਧਾਇਕ ਵੀ ਨੇ, ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਗਿੱਲ ਜੀ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਉਹ ਦੌਰ ਜਦੋਂ ਜੇਲ੍ਹਾਂ ਦੇ ਵਿੱਚ ਰਹੇ ਕਿੰਨਾ ਕੁ ਭਿਆਨਕ ਦੌਰ ਸੀ, ਕੀ ਕੁਛ ਤਸੱਦਾਂ ਤੁਸੀਂ ਆਪਣੇ ਪਿੰਡੇ 'ਤੇ ਹੰਡਾਈਆਂ? ਭਿਆਨਕ ਇੰਨਾ ਸੀ ਕਿ ਅਸੀਂ ਜ਼ਿਕਰ ਹੀ ਨਹੀਂ ਕਰਨਾ ਚਾਹੁੰਦੇ, ਅਸੀਂ ਭੁੱਲ ਜਾਣਾ ਚਾਹੁੰਦੇ ਹਾਂ। ਔਰ ਸਾਨੂੰ ਅੱਜ 35-36 ਸਾਲਾਂ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਲੋਕਾਂ ਦੀ ਬਾਂਹ ਫੜੀ ਹੈ, ਤਾਂ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਕੋਈ ਨਾ ਕੋਈ ਸਾਡਾ ਹਮਦਰਦ ਜਾਗਿਆ। ਸਾਨੂੰ ਉਦੋਂ ਐਂ ਲੱਗਦਾ ਸਾਰੀ ਦੁਨੀਆ ਸਾਡੇ ਵਿਰੁੱਧ ਹੋ ਗਈ, ਸਾਡੀ ਕੋਈ ਉਦੋਂ ਹਾਅ ਦਾ ਨਾਰਾ ਮਾਰਨ ਨੂੰ ਤਿਆਰ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਵੀ ਅਸਤੀਫਾ ਦਿੱਤਾ ਸੀ ਪਾਰਲੀਮੈਂਟ ਤੋਂ ਔਰ ਕਾਂਗਰਸ ਤੋਂ ਵੀ ਅਸਤੀਫਾ ਦਿੱਤਾ ਸੀ। ਔਰ ਅੱਜ ਜੇ ਅੰਮ੍ਰਿਤਸਰ ਦੀ ਅਦਾਲਤ ਨੇ 40 ਬੰਦਿਆਂ ਨੂੰ ਕੰਪਨਸੇਸ਼ਨ ਦੇਣ ਦਾ ਫੈਸਲਾ ਕੀਤਾ ਹੈ, ਅਤੇ ਸੈਂਟਰ ਸਰਕਾਰ ਨੇ, BJP ਦੀ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਅਪੀਲ ਕਰ ਦਿੱਤੀ, ਉਹਨੂੰ ਚੈਲੰਜ ਕਰ ਦਿੱਤਾ। ਸਾਡੇ 'ਤੇ ਇੱਕ ਬੜਾ ਵੱਡਾ ਸਵਾਲੀਆ ਚਿੰਨ੍ਹ ਲੱਗਿਆ ਸੀ ਵੀ ਜੇ ਉਹ ਅਪੀਲ ਹਾਈ ਕੋਰਟ ਦੇ ਵਿੱਚ ਐਡਮਿਟ ਹੋ ਜਾਂਦੀ ਹੈ ਤਾਂ ਘੱਟੋ ਘੱਟ 25-30 ਸਾਲ ਹੋਰ ਲੱਗਣਗੇ, ਅਤੇ ਸਾਡੇ ਇਹਨਾਂ 40 ਦੇ ਵਿੱਚੋਂ ਵੀ 9 ਬੰਦੇ ਮਰ ਚੁੱਕੇ ਨੇ, ਅਤੇ ਜੇ ਉਹ ਹਾਈ ਕੋਰਟ ਦੇ ਵਿੱਚ ਐਡਮਿਟ ਹੋ ਜਾਂਦੀ ਤਾਂ ਫਿਰ ਇਹਨਾਂ ਨੂੰ ਕਿਸੇ ਨੇ ਧੇਲੀ ਮੁਆਵਜ਼ਾ ਨਹੀਂ ਸੀ ਦੇਣਾ। ਪਰ ਕੈਪਟਨ ਸਾਹਿਬ ਨੇ ਇਸ ਅਰਜੈਂਸੀ ਨੂੰ ਪਛਾਣ ਕੇ ਉਹਨਾਂ ਨੇ 2 ਤਰੀਕ ਤੋਂ ਪਹਿਲਾਂ ਸਮਾਗਮ ਰੱਖ ਕੇ ਔਰ ਸੈਂਟਰ ਸਰਕਾਰ ਨੂੰ ਵੀ ਟੈਲੀਫੋਨ ਕਰਕੇ, ਰਾਜਨਾਥ ਜੀ ਨੂੰ, ਹੋਮ ਸੈਕਟਰੀ ਸਾਹਿਬ ਨੂੰ ਟੈਲੀਫੋਨ ਕਰਕੇ ਗੱਲ ਕਹੀ ਆ ਕਿ ਤੁਸੀਂ ਆਪਣੇ ਜਿਹੜਾ ਹਿੱਸੇ ਦਾ ਮੁਆਵਜ਼ਾ ਦਿਓ ਅਤੇ ਰਿੱਟ ਵਾਪਸ ਲਓ, ਇਹਨਾਂ ਲੋਕਾਂ ਨੂੰ ਆਪਾਂ ਹੋਰ ਧੱਕੇ ਨਾ ਖਵਾਈਏ। ਔਰ ਉਹਦੇ ਕਰਕੇ ਜਦੋਂ ਇਹਨਾਂ ਨੇ ਫੈਸਲਾ ਕਰ ਲਿਆ, ਇਹਨਾਂ ਦੇ ਫੈਸਲਾ ਇਹ ਰੱਖਣ ਪ੍ਰੋਗਰਾਮ ਰੱਖਣ ਕਰਕੇ ਸੈਂਟਰ ਸਰਕਾਰ ਨੇ ਵੀ ਕੱਲ੍ਹ ਟੈਲੀਫੋਨ ਕਰਕੇ CM ਸਾਹਿਬ ਨੂੰ ਕਿਹਾ ਕਿ ਅਸੀਂ ਆਪਣੇ ਹਿੱਸੇ ਦਾ ਮੁਆਵਜ਼ਾ ਦੇਵਾਂਗੇ ਅਤੇ ਅਸੀਂ ਜਿਹੜੀ 2 ਤਰੀਕ ਨੂੰ ਰਿੱਟ ਕੀਤੀ ਉਹ ਵਾਪਸ ਲਵਾਂਗੇ। ਅਤੇ ਸਭ ਤੋਂ ਵੱਡੀ ਗੱਲ ਕਿ ਸਾਨੂੰ ਲੋਕ ਪੁੱਛਦੇ ਸੀ ਬਾਕੀ 325 ਬੰਦੇ ਵੀ ਸਾਡਾ ਕੀ ਬਣੇਗਾ, ਸਾਨੂੰ ਕਿਹੜੀ ਅਦਾਲਤ ਵਿੱਚ ਜਾਣਾ ਪਏਗਾ, ਅਸੀਂ ਵਕੀਲ ਕਿੱਥੋਂ ਕਰਾਂਗੇ।
ਬਟ ਅੱਜ ਸੀਐਮ ਸਾਹਿਬ ਨੇ ਕੈਪਟਨ ਸਾਹਿਬ ਨੇ ਉਹ ਸਾਰੀਆਂ ਸ਼ੰਕਾਵਾਂ ਦੂਰ ਕਰ ਦਿੱਤੀਆਂ। ਉਹਨਾਂ ਨੇ ਫੈਸਲਾ ਹੀ ਕਰ ਦਿੱਤਾ ਕਿ ਬਾਕੀ 325 ਬੰਦਿਆਂ ਨੂੰ ਕਿਸੇ ਅਦਾਲਤ ਵਿੱਚ ਕੰਪਨਸੇਸ਼ਨ ਵਾਸਤੇ ਜਾਣ ਦੀ ਲੋੜ ਨਹੀਂ, ਮੈਂ ਉਹਨਾਂ ਨੂੰ ਇਹਨਾਂ ਦੇ ਮੁਤਾਬਕ ਇਹਨਾਂ ਦੇ ਬਰਾਬਰ ਕੰਪਨਸੇਸ਼ਨ ਦਿਆਂਗਾ। ਔਰ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਲਿਸਟ ਮੈਨੂੰ ਪ੍ਰੋਵਾਈਡ ਕਰੋ 325ਆਂ ਦੀ, ਭਾਵੇਂ ਉਹਦੇ ਵਿੱਚੋਂ 100-150 ਬੰਦਾ ਮਰ ਵੀ ਚੁੱਕਿਆ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਦਿਆਂਗੇ, ਤਾਂ ਕਿ ਅਸੀਂ ਸਾਰੇ ਲੋਕਾਂ ਨੂੰ ਜਿਹੜੀ ਕੰਪਨਸੇਸ਼ਨ ਦੇਣਾ ਚਾਹੁੰਦੇ। ਜਦੋਂ ਇਹਨਾਂ ਕੋਲ ਵਕੀਲ ਕਰਨ ਵਾਸਤੇ ਪੈਸੇ ਨਹੀਂ, ਇਹਨਾਂ ਕੋਲ ਕੋਰਟ ਫੀਸ ਦੇਣ ਵਾਸਤੇ ਪੈਸੇ ਨਹੀਂ, ਇਸ ਕਰਕੇ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਔਰ ਜਲਦੀ ਤੋਂ ਜਲਦੀ ਉਹ ਮੁਆਵਜ਼ਾ ਵੀ ਦੇਣ ਨੂੰ ਤਿਆਰ ਨੇ। ਅੱਜ ਪੰਜਾਬ ਸਰਕਾਰ ਵੱਲੋਂ ਕਰੀਬ 2.25 ਕਰੋੜ ਦਾ ਮੁਆਵਜ਼ਾ ਦਿੱਤਾ ਗਿਆ ਹੈ ਅਤੇ ਕੇਂਦਰ ਵੱਲੋਂ ਕੀ ਕੁਛ ਕਿਹਾ ਗਿਆ, ਕਿਉਂਕਿ ਕੇਂਦਰ ਦਾ ਹਾਲੇ ਬਕਾਇਆ। ਕੇਂਦਰ ਨੇ ਇਹ ਗੱਲ ਗ੍ਰਹਿ ਜਿਹੜੇ ਸੈਕਟਰੀ ਨੇ ਆਪਣੇ ਉਹਨਾਂ ਨੇ ਹੋਮ ਸੈਕਟਰੀ ਨੇ ਟੈਲੀਫੋਨ ਕਰਕੇ ਕੈਪਟਨ ਸਾਹਿਬ ਨੂੰ ਕੱਲ੍ਹ ਕਿਹਾ ਹੈ ਕਿ ਅਸੀਂ ਆਪਣਾ 50% ਮੁਆਵਜ਼ਾ ਦੇਣ ਵਾਸਤੇ ਤਿਆਰ ਹਾਂ। ਅਤੇ ਜਦੋਂ ਵੀ ਜਿਹੜੀ ਐਗਜੀਕਿਊਸ਼ਨ ਦੀ ਡੇਟ ਅੰਮ੍ਰਿਤਸਰ ਦੀ ਅਦਾਲਤ ਵਿੱਚ ਜਿਹੜੀ ਵੀ ਨੈਕਸਟ ਪਈ, ਉਹ ਕਹਿੰਦੇ ਅਸੀਂ ਉੱਥੇ ਜਾ ਕੇ ਜਵਾਬ ਦੇਵਾਂਗੇ ਅਤੇ ਵੀ ਕਦੋਂ ਅਸੀਂ ਪੈਸੇ ਦੇਣੇ ਆ। ਔਰ ਕੈਪਟਨ ਸਾਹਿਬ ਨੇ ਇਸ ਗੱਲ ਦਾ ਭਰੋਸਾ ਦਵਾਇਆ ਕਿ ਪੈਸੇ ਮਿਲ ਜਾਣਗੇ, ਅਤੇ ਇਨ ਕੇਸ ਕਿਤੇ ਉਹ ਪੈਸਿਆਂ ਵਿੱਚ ਡਿਲੇ ਹੁੰਦੀ ਹੈ ਅਤੇ ਕੈਪਟਨ ਸਾਹਿਬ ਨੇ ਇਹ ਵੀ ਕਿਹਾ ਕਿ ਬਾਕੀ ਪੈਸੇ ਮੈਂ ਦੇ ਦਿਆਂਗਾ। ਅਤੇ ਕੈਪਟਨ ਸਾਹਿਬ ਨੇ 325 ਬੰਦਿਆਂ ਦਾ ਵੀ ਕਿਹਾ ਕਿ ਆਪਣਾ ਹਿੱਸਾ 50% ਮੈਂ ਦਿਆਂਗਾ, ਸੈਂਟਰ ਸਰਕਾਰ ਨੂੰ ਕਹਾਂਗਾ ਕਿ ਆਪਣਾ ਹਿੱਸਾ ਦੇਵੇ, ਜੇ ਨਾ ਦੇਣਗੇ ਤਾਂ ਫਿਰ ਮੈਂ ਵੀ ਦਿਆਂਗਾ। ਅਤੇ ਇੱਕ ਮੰਗ ਹੋਰ ਉੱਠੀ ਸੀ ਤੁਹਾਡੇ ਵਿੱਚੋਂ, ਕਿਸੇ ਨੇ ਕਿਹਾ ਸੀ ਕਿ ਜੇ ਕਿਉਂਕਿ ਜੇਲ੍ਹਾਂ ਵਿੱਚ ਬੰਦ ਰਹੇ ਨੇ ਸਾਨੂੰ ਕੋਈ ਸਰਕਾਰੀ ਨੌਕਰੀ ਨਹੀਂ ਦਿੰਦਾ, ਉਲਟਾ ਉਮਰ ਵੀ ਹੁਣ ਲੰਘ ਚੁੱਕੀ ਹੈ ਅਤੇ ਸਾਡੇ ਬੱਚਿਆਂ ਲਈ ਕੁਛ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ? ਜਿਹੜੀ ਸਾਡੀ ਜਨਰੇਸ਼ਨ ਆ ਨਾ, ਉਹ ਤਾਂ ਹੁਣ ਨੌਕਰੀ ਕਰਨ ਦੇ ਕਾਬਲ ਨਹੀਂ ਹੈਗੀ, ਅਸੀਂ ਤਾਂ ਵੇਲਾ ਵਿਹਾ ਚੁੱਕੇ ਹਾਂ, ਪਰ ਸਾਨੂੰ ਆਪਣੇ ਬੱਚਿਆਂ ਦਾ ਫਿਕਰ ਜ਼ਰੂਰ ਹੈਗਾ। ਅਤੇ ਜਿਹੜੇ ਤਮਾਮ ਲੋਕ ਨੇ, ਘੱਟੋ ਘੱਟ ਜੇ ਉਹਨਾਂ ਦੇ ਬੱਚਿਆਂ ਨੂੰ ਪੰਜਾਬ ਸਰਕਾਰ ਨੌਕਰੀ ਦਿੰਦੀ ਹੈ, ਕੋਈ ਬਹੁਤੀ ਵੱਡੀ ਗੱਲ ਨਹੀਂ ਅਤੇ ਇੱਕ ਬਹੁਤ ਵੱਡੀ ਗੱਲ ਹੋਏਗੀ ਇਹਨਾਂ ਦੇ ਪਰਿਵਾਰਾਂ ਵਾਸਤੇ। ਘੱਟੋ ਘੱਟ ਪੁਸ਼ਤ ਦਰ ਪੁਸ਼ਤ ਜੇ ਲੋਕ ਯਾਦ ਰੱਖਣਗੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਿਆ ਸੀ ਯਾਰ, ਉਹਨੇ ਸਾਡੀ ਬਾਂਹ ਫੜੀ ਸੀ, ਨਹੀਂ ਤਾਂ ਅੱਜ ਰੋਟੀ ਤੋਂ ਮਥਾਜ ਨੇ ਬਹੁਤ ਸਾਰੇ ਪਰਿਵਾਰ, ਬਹੁਤ ਬੁਰੀ ਹਾਲਤ ਹੈ। ਅਤੇ ਨੌਕਰੀ ਨੂੰ ਲੈ ਕੇ ਕੋਈ ਤਸੱਲੀਯੋਗ ਕੋਈ ਕੈਪਟਨ ਸਾਹਿਬ ਵੱਲੋਂ ਕੋਈ ਆਸ਼ਵਾਸਨ ਮਿਲਿਆ ਤੁਹਾਨੂੰ? ਦੇਖੋ ਕੈਪਟਨ ਸਾਹਿਬ ਦਾ ਇਹ ਕਹਿਣਾ ਨਾ ਕਿ ਅਸੀਂ ਕਰਾਂਗੇ, ਇਹ ਬਹੁਤ ਵੱਡੀ ਗੱਲ ਆ, ਉਹ ਝੂਠ ਨਹੀਂ ਮਾਰਦੇ ਆਮ ਰਾਜਨੀਤਿਕ ਲੀਡਰਾਂ ਨੂੰ, ਜਿਹੜੀ ਗੱਲ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ। ਲੇਕਿਨ ਗਿੱਲ ਸਾਹਿਬ, ਜਿਹੜਾ 1984 'ਚ ਸਾਕਾ ਨੀਲਾ ਤਾਰਾ ਹੋਇਆ, ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਕਿ ਕਾਂਗਰਸ ਦਾ ਵੱਡਾ ਹੱਥ ਰਿਹਾ, ਤੁਸੀਂ ਕਾਂਗਰਸ ਪਾਰਟੀ ਤੋਂ ਹੀ ਚੋਣ ਲੜੀ ਅਤੇ ਕਿਵੇਂ? ਦੇਖੋ ਉਹ ਪਾਰਟ ਆਫ ਹਿਸਟਰੀ ਹੈ, ਹਿਸਟਰੀ ਨੂੰ ਕਦੇ ਧੋਇਆ ਨਹੀਂ ਜਾ ਸਕਦਾ, ਜੋ ਕੁਝ ਹੋਇਆ ਉਹ ਲੋਕਾਂ ਦੇ ਦਿਮਾਗ 'ਤੇ ਕਿਤਾਬਾਂ 'ਚ ਲਿਖਿਆ ਸਾਰਿਆਂ ਨੂੰ ਲੋਕਾਂ ਨੂੰ ਪਤਾ। ਬਟ ਜੇ ਕੋਈ ਸਿੰਪਥੀ ਸਾਡੇ ਨਾਲ ਕਰਦਾ ਹੈ, ਜੇ ਹਮਦਰਦੀ ਕਰਦਾ ਹੈ, ਅਤੇ ਉਹ ਵੀ ਗੱਲ ਨੂੰ ਸਿੱਖ ਇਤਿਹਾਸ ਵਿੱਚ ਜਿਹੜੇ ਕਦੇ ਹਾਰਾ ਨਾਰਾ ਮਾਰਦੇ ਆ ਨਾ, ਉਹਨਾਂ ਨੂੰ ਜ਼ਰੂਰ ਯਾਦ ਰੱਖਦੇ ਆ। ਅਤੇ ਜੇ ਹਾਰਾ ਨਾਰਾ ਕੈਪਟਨ ਅਮਰਿੰਦਰ ਸਿੰਘ ਨੇ ਮਾਰਿਆ ਤਾਂ ਇਹਨੂੰ ਕੋਈ ਭੁੱਲੇਗਾ ਨਹੀਂ, ਦੁਨੀਆਂ ਦੇ ਵਿੱਚ ਇਹਦਾ ਨਾਂ ਜਿਹੜਾ ਇਹ 'ਤੇ ਬਹੁਤ ਵੱਡੇ ਅਸਰ ਪੈਣਗੇ। ਗਿੱਲ ਸਾਹਿਬ, ਇੱਕ ਹੋਰ ਸਵਾਲ ਮੈਂ ਕਰਨਾ ਚਾਹਾਂਗਾ। ਅੱਜ ਕੱਲ੍ਹ ਇੱਕ ਵੱਡੀ ਇੱਕ ਲਹਿਰ ਵਿਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ, ਰੈਫਰੈਂਡਮ 2020 ਦੀ, ਤੁਸੀਂ ਇਸ ਬਾਰੇ ਕੀ ਕਹੋਗੇ? ਦੇਖੋ ਬਾਹਰ ਤਾਂ ਮੈਂ ਜ਼ਰੂਰ ਸੁਣੀ ਹਾਂ 2020 ਦੀ, ਬਟ ਪੰਜਾਬ ਦੇ ਵਿੱਚ ਕੋਈ ਐਸੀ ਲਹਿਰ ਨਹੀਂ ਗੀ। ਬਾਹਰ ਉਹ ਕਿਸ ਮੁੱਦੇ ਨੂੰ ਰੱਖ ਕੇ ਕਰਦੇ ਨੇ, 2020 ਕੀ ਹੈ, ਉਦੋਂ ਕੀ ਉਹਦੀ ਡਿਟੇਲ ਹੈ, ਪੰਜਾਬ ਦੇ ਵਿੱਚ ਕੋਈ ਐਸੀ ਗੱਲ ਕਿਸੇ ਕੋਨੇ ਵਿੱਚ ਮੈਨੂੰ ਵੇਖਣ ਨੂੰ ਨਹੀਂ ਮਿਲੀ। ਇਹ ਬਾਹਰ ਦਾ ਮਸਲਾ ਹੈਗਾ, ਉਹ ਉਹਨਾਂ ਦੀ ਆਪਣੀ ਆਜ਼ਾਦੀ ਆ, ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਆਜ਼ਾਦੀ ਹੈ। ਅਤੇ ਜਿਹੜਾ ਅੱਜ ਦਾ ਨੌਜਵਾਨ ਹੈ, ਤੁਸੀਂ ਉਹਨੂੰ ਕੀ ਅਪੀਲ ਕਰਨਾ ਚਾਹੋਗੇ, ਖਾਸ ਕਰਕੇ ਪੰਜਾਬੀ ਨੌਜਵਾਨ ਜੋ ਕਿ ਰੈਫਰੈਂਡਮ 2020 ਜਾਂ ਜਿਹੜੇ ਗਰਮ ਖਿਆਲੀ ਨੇ ਉਹਨਾਂ ਨਾਲ ਜੁੜਿਆ ਹੋਇਆ? ਦੇਖੋ ਮੈਂ ਗਰਮ ਖਿਆਲੀ ਜਾਂ 2020 ਦੀ ਗੱਲ ਨਹੀਂ ਕਰਦਾ, ਮੈਂ ਤਾਂ ਨੌਜਵਾਨਾਂ ਦੀ ਗੱਲ ਇਹ ਕਰਨੀ ਚਾਹੁੰਦਾ ਕਿ ਸਾਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ, ਸਾਨੂੰ ਆਪਣੀ ਜਵਾਨੀ ਸੰਭਾਲਣੀ ਚਾਹੀਦੀ ਹੈ, ਪੜ੍ਹਾਈ ਕਰਨੀ ਚਾਹੀਦੀ ਹੈ, ਉਹ ਰੁਜ਼ਗਾਰ ਵਾਸਤੇ ਆਪਾਂ ਨੂੰ ਕੈਪੇਬਲ ਬਣਾਉਣਾ ਚਾਹੀਦਾ, ਆਪਣੇ ਸਰੀਰ ਫਿੱਟ ਚਾਹੀਦੇ ਕਰਨੇ ਚਾਹੀਦੇ ਆ। ਅਸੀਂ ਬਹੁਤ ਸਾਰੀਆਂ ਪਲੇਗਰਾਉਂਡਾਂ, ਸਟੇਡੀਅਮ ਅਤੇ ਜਿਮ ਖੋਲ੍ਹ ਰਹੇ ਹਾਂ, ਬੱਚੇ ਆਪਣਾ ਸਰੀਰ ਸੰਭਾਲਣ, ਆਪਣਾ ਭਵਿੱਖ ਸੰਭਾਲਣ, ਆਪਣੇ ਬੱਚਿਆਂ ਆਪਣੇ ਪਰਿਵਾਰਾਂ ਦੀਆਂ ਆਸਾਂ ਦੀ ਕਿਰਨ ਵੱਲ। ਧੰਨਵਾਦ ਬਹੁਤ ਬਹੁਤ। ਇਹ ਸਨ ਹਰਮਿੰਦਰ ਸਿੰਘ ਗਿੱਲ, ਜਿਨ੍ਹਾਂ ਨੇ ਆਪ ਜੇਲ੍ਹਾਂ ਦੇ ਵਿੱਚ ਰਹਿ ਕੇ ਜੋ ਬਾਕੀ ਸਿੱਖ ਕੈਦੀ ਸਨ 365 ਉਹਨਾਂ ਦੇ ਨਾਲ, ਉਹ ਸਾਰਾ ਦਰਦ ਹੰਢਾਇਆ ਹੈ। ਸਰ, ਅੱਜ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਚੈੱਕ ਕੀਤਾ ਗਿਆ ਮੁਆਵਜ਼ੇ ਦਾ, ਕਿਵੇਂ ਕੀ ਕਹਿਣਾ ਚਾਹੁੰਦਾ? ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਜਾਂ ਮੁੱਖ ਮੰਤਰੀ ਪੰਜਾਬ ਦਾ ਹੈ, ਇਹ ਬਹੁਤ ਹੀ ਵਧੀਆ। ਇਹਦੇ ਨਾਲ ਸਾਡੇ ਵਿੱਚ ਬਹੁਤ ਗਰੀਬ ਪਰਿਵਾਰ ਨੇ
ਜਿਹਨਾਂ ਦੀ ਜਵਾਨੀ ਜਿਹੜੀ ਸਾਰੀ ਉਹ ਜੇਲ੍ਹ ਦੇ ਵਿੱਚ ਹੀ ਲੰਘ ਗਈ ਅਤੇ ਉਹਨਾਂ ਨੂੰ ਕੁਛ ਰਾਹਤ ਦਿੱਤੀ ਗਈ ਆ। ਇਹਦੇ ਨਾਲ ਉਹਨਾਂ ਨੂੰ ਕੁਛ ਆਪਣਾ ਪਰਿਵਾਰਕ ਜ਼ਰੂਰਤਾਂ ਜਿਹੜੀਆਂ ਉਹਨਾਂ ਦੀਆਂ ਪੂਰੀਆਂ ਹੋ ਜਾਣਗੀਆਂ। ਅਤੇ ਜੋ ਵੀ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਜਿਹੜਾ ਮੁਆਵਜ਼ਾ ਦੇਣਾ ਹੈ ਜਦੋਂ ਉਹ ਦੇ ਦੇਵੇਗੀ ਉਹਦੇ ਨਾਲ ਹੋਰ ਫਰਕ ਪਵੇਗਾ ਕਿ ਪਰਿਵਾਰਾਂ ਨੂੰ ਅੱਜ ਦੇ ਜ਼ਮਾਨੇ ਦੇ ਵਿੱਚ ਕੁਛ ਸੁੱਖ ਸਹੂਲਤ ਮਿਲ ਜਾਏਗੀ। ਮੈਂ 5 ਸਾਲ ਜੇਲ੍ਹ ਦੇ ਵਿੱਚ ਰਿਹਾ ਹੈ, ਨਾਭਾ ਜੇਲ੍ਹ, ਲੁਧਿਆਣਾ ਜੇਲ੍ਹ, ਮਿਲਟਰੀ ਕੈਂਪ, ਜੋਧਪੁਰ ਜੇਲ੍ਹ, 5 ਸਾਲ ਲਗਾਤਾਰ ਜੇਲ੍ਹ ਦੇ ਵਿੱਚ ਰਿਹਾ ਹੈ। ਮੇਰਾ ਨਾਮ ਵਸਣ ਸਿੰਘ ਹੈ। ਮੇਰਾ ਬੇਸਿਕ ਪਿੰਡ ਆ ਜਿਹੜਾ ਉਹ ਰਾਲ ਚਾਲ ਹੈ, ਅੱਜ ਕੱਲ੍ਹ ਤਰਨ ਤਾਰਨ ਜ਼ਿਲ੍ਹੇ ਵਿੱਚ ਪੈਂਦਾ, ਪਰੰਤੂ ਮੇਰੀ ਹੁਣ ਜੋ ਰਹਿਸ਼ ਹੈ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪ੍ਰਤਾਪ ਨਗਰ ਦੇ ਵਿੱਚ ਹੈ, ਅਲਫਾ 1 ਦੇ ਸਾਹਮਣੇ। ਤੁਹਾਨੂੰ ਲੱਗਦਾ ਕਿ ਜਿਹੜਾ ਜੋ ਮੁਆਵਜ਼ੇ ਦਾ, ਹਾਲਾਂਕਿ ਜੋ ਤਸੱਤਰ ਦਾ ਤੁਸੀਂ ਸਹੀਆਂ ਨੇ, ਪੀੜਾਂ ਸਹੀਆਂ ਨੇ, ਤਾਂ ਕੋਈ ਵੀ ਮੁਆਵਜ਼ਾ ਬਰਾਬਰੀ ਨਹੀਂ ਕਰ ਸਕਦਾ, ਲੇਕਿਨ ਜੋ ਮਿਲਿਆ ਤੁਹਾਨੂੰ ਠੀਕ ਹੈ। ਦੇਖੋ ਜੀ, ਜੋ ਸਾਡਾ ਨੁਕਸਾਨ ਹੋਇਆ ਉਸ ਸਮੇਂ 'ਤੇ, ਅਸੀਂ ਪੜ੍ਹੇ ਲਿਖੇ ਸੀ, ਅਸੀਂ ਚੰਗੀਆਂ ਨੌਕਰੀਆਂ 'ਤੇ ਲੱਗ ਸਕਦੇ ਸੀ, ਉਸ ਸਮੇਂ ਨੌਕਰੀਆਂ ਵੀ ਮਿਲਦੀਆਂ ਸੀ, ਅਸੀਂ ਹੋਰ ਵੀ ਕਿਸੇ ਵੀ ਪੋਸਟ 'ਤੇ ਆਪਣੀ ਨੌਕਰੀ ਕਰ ਸਕਦੇ ਸੀ, ਅਸੀਂ ਸਿਲੈਕਸ਼ਨ ਲੈ ਸਕਦੇ, ਪੀ ਸੀ ਐੱਸ ਅਸੀਂ ਸਿਲੈਕਟ ਕਰ ਜਾਂਦੇ, ਅੱਜ ਹੋ ਸਕਦਾ ਅਸੀਂ ਕਿਤੇ ਡੀ ਸੀ ਲੱਗੇ ਹੁੰਦੇ ਜਾਂ ਕਿਤੇ ਸੈਕਟਰੀ ਲੱਗੇ ਹੁੰਦੇ। ਇਸ ਨਾਲ ਜੋ ਲੋਸ ਹੋਇਆ ਉਹ ਸਾਡਾ ਪੂਰਾ ਨਹੀਂ ਹੋ ਸਕਦਾ, ਇਹ ਜੋ ਸਰਕਾਰ ਨੇ ਸਾਡੇ ਜ਼ਖਮਾਂ 'ਤੇ ਮਲਮ ਲਾਈ ਆ, ਇਸ ਦੇ ਨਾਲ ਸਾਨੂੰ ਕੁਛ ਆਰਾਮ ਮਹਿਸੂਸ ਹੋ ਰਿਹਾ ਹੈ। ਅਤੇ ਅੱਜ ਇੱਕੋ ਹੀ ਅਪੀਲ ਹੈ, ਕਿਉਂਕਿ ਇੱਕ ਵੱਡਾ ਤਜਰਬਾ ਇਹਨਾਂ ਦੇ ਕੋਲ ਹੈ, ਇੱਕੋ ਹੀ ਅਪੀਲ ਹੈ ਅੱਜ ਦੇ ਨੌਜਵਾਨ ਨੂੰ ਕਿ ਨਸ਼ਿਆਂ ਤੋਂ ਬਚਣ, ਆਪਣਾ ਸਰੀਰ ਸਾਂਭਣ, ਆਪਣਾ ਪੰਜਾਬ ਸਾਂਭਣ। ਕੈਮਰਾ ਪਰਸਨ ਸੂਰਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।